हूँ पता लगन दिया ना लोगों को कि माड़ा सी बहुत माड़े काम किए लोगों के घर जाड़ते लोगों धियां भैन जो कि खानपुरी का इदा किया पवित्र सच्चा सुचा दवें पातशाह का बाणा पा के ते सच्चे सुचे पवित्र बाणे नूं इन्हें लाज लाई सी फीम ये खावे शराब ये पीवे धियां भैन गलत ये काम करे नेकां ही लोगों के बच्चे जिहड़े मरवाए इन्हें मारे आ असी वीरे जिवें फिर दात्र बाहरों मंगाया उवें मुंडे नूं बाहर फोन किया फिर पेट्रोल तेल बाहरों मंगाया जदों पेट्रोल तेल की शीशी नूं आई थोड़ा जिहा डोल के थले ते तीली लाई आ तां पता पूरी चढ़दी कला पेट्रोल तां पेट्रोल ही आ जेल दे विच समान इकट्ठा करना फिर भी सानूं 3-4 महीने लग गए सी मैनूं उह वीर दा नहीं पता भी दूसरे का मैं दिलों अरदास बेनती की आ भी मालका दिलों चले हाँ तो ताड़ा सिर पर हाथ होना चाहिए अज तो मैं गुरसिख बचा कि दाड़ी केसन मैं हाथ नहीं लवावगा दो तीन दर वे हाथ ज गया है रैकी करके आया भी कितने बहिंदा है की करता पेट्रोल तो डीजल मिक्स कर लिया तो 1.5-2 पाइया का डब्बा ही साढ़े को जे बोतल ना पाने टाइम लगता डब्बे के पा के उत्ते पावे नाल अग ला देंगे जदों इन्नी गल कही भी पापिया अंत आ गया तेरा हो जा तैयार हथों अखबार छो जो तेल पाया नाली अग लाती अग ऐसी वो मकड़ साहब जी पई है वो जाके छत वजी है पखे दे वजी आ थले आसन में सारी लग गई जिवें ब्लास्ट नहीं हुंदा ब्लास्ट होया लोकी बाहर पीपा पीपा तेल का पा लेंदे तां भी बच जांदे वेखो 80-85% जिहड़ा बंदा सड़ गया ਉਸੇ ਵੇਲੇ ਫਿਰ ਤੁਰੰਤ ਕੀ ਹੋਇਆ ਤੁਰੰਤ ਅੱਗ ਲੱਗ ਗਈ ਔਰ ਤੁਹਾਡੇ ਹੱਥਾਂ ਨੂੰ ਜਾਂ ਕਿਸੇ ਗੱਗੂ ਦੇ ਜਾਂ ਤੁਹਾਡੇ ਤਾਂ ਨਹੀਂ ਪਈ ਨਹੀਂ ਮੇਰੇ ਪਈ ਆ ਲੱਤ ਨੂੰ ਪਈ ਐ ਮੈਂ ਅੱਜ ਵਿਖਾਉਣੀ ਚਾਹੁੰਦਾ ਮੈਂ ਕਹਿੰਦੀ ਕਿਸੇ ਨੂੰ ਦੱਸਿਆ ਨਹੀਂ ਡੋਲੂ ਸੀਗਾ ਹਾਂਜੀ ਉਹ ਤੇਲ ਦਾ ਭਰਿਆ ਗੱਗੂ ਨੇ ਮਾਰਿਆ ਇਹਦੇ ਤੇ ਉਹ ਗੱਗੂ ਨੇ ਮਾਰਿਆ ਔਰ ਜਿਹੜਾ ਤੁਸੀਂ ਮਸ਼ਾਲ ਬਣਾਈ ਸੀ ਉਹ ਹਾਂ ਉਹ ਮੇਰੇ ਕੋਲ ਵੇਖੋ ਜਿਉਂ ਗੱਗੂ ਨੇ ਤੇਲ ਸੁੱਟਿਆ ਉੱਤੇ ਨਾਲ ਹੀ ਮੈਂ ਅੱਗ ਇੱਕ ਤੋਂ ਹੁੰਦਾ ਨਾ ਸਾੜ ਕੇ ਤੇ ਭੱਜ ਜਾਣਾ ਹਾਂ ਤੁਰ ਕੇ ਗਏ ਅਸੀਂ 8 ਹੱਤੇ ਤੱਕ सारा प्रशासन पहुँच गया डिप्टी सुपरिटेंडेंट इको गल कही बलकार भुल्लर नूं अहीं डिप्टी साहब अहीं काम करके आए हैं अहीं जिम्मेवारी चुकदे हाँ बेशक सानूं इत्थे कोने दे खिलार के गोली मारदे सानूं कोई हिरख नहीं जिहड़ा काम अहीं करना ही कर आए पर डिप्टी सुपरिटेंडेंट ने सानूं यह दस्सिया भी जिहड़ी उह चर्बी उह चून डै पई आ काफ़ी सड़ गया जिहड़ा कपड़ा उत्ते पाईदा नाल जुड़दा जांदा अहीं ठीक है भी साडा जिहड़ा काम करना आया हो गया सानू इतों तक अगर पता उम्मीद ही भी असी सतगुरु मालिक की कृपा ना ये काम कर देना ही तो कल रह जाना तो कल परिवार नहीं रह जाना पर सिख कौम का इन्ना नहीं पता भी इन्ना संगत जी साथ दूंगी बड़ा साथ दिता कोई किसी गल का अफसोस कोई नहीं हस हस के जेल कट्टी ਪੱਚੀਆਂ ਤੀਆਂ ਦੀ ਜਿਹੜੀ ਆਮ ਇੱਥੋਂ ਹੀ ਮਿਲ ਜਾਂਦੀ ਆ ਛੋਟੀ ਬੋਤਲ ਮੈਂ ਕਿਹਾ 1.5 ਲੀਟਰ ਦੀ ਹੁੰਦੀ ਉਹ ਆਮ ਹੀ ਮਿਲ ਜਾਂਦੀ ਆ ਅੰਦਰੋਂ ਠੰਡੇ ਠੁੰਡੇ ਮਿਲ ਜਾਂਦੇ ਆ ਉਹ ਮੈਂ ਲੈ ਕੇ ਅਤੇ ਜਦੋਂ ਚੱਲ ਗਿਆ ਉੱਥੇ ਉਹ 2 ਮੈਂ ਭਰ ਲਈਆਂ ਜਨਰੇਟਰ ਦੇ ਵਿੱਚੋਂ ਅਤੇ ਮੈਂ ਢੱਕਣ ਬੰਦ ਕੀਤਾ ਉਹਦਾ ਮੈਂ ਨਾਂ ਲੈਣਾ ਚਾਹਾਂਗਾ ਮੁੰਡਾ ਸੀ ਇੱਕ 'ਚ ਮਾਂ ਜੋੜੇ ਸਾਫ਼ ਕਰਨ ਦਿਆ ਸੀ ਕਹਿੰਦਾ ਹਰਚੰਦ ਸਿੰਘ ਜੀ ਵੀ ਇਹ ਕੀ ਕਰ ਦੇਣਾ ਮੈਂ ਕਿਹਾ ਯਾਰ ਸਾਡੇ ਨਾ ਅੰਦਰ ਨਾ ਮੋਟਰਾਂ ਦੇ ਜਿਹੜੇ ਨਾ ਮੋਟਰਾਂ ਲੱਗੀਆਂ ਹੋਈਆਂ ਛੋਟੀਆਂ ਅੰਦਰ ਹਰ ਹੱਥ ਇਹਦੇ ਵਿੱਚ ਲੱਗੀਆਂ ਮੈਂ ਕਿਹਾ ਉਹਨਾਂ ਦੇ ਸਟਾਟਰ ਖਰਾਬ ਆ ਅਤੇ ਉਹ ਮੇਰੇ ਖਿਆਲ ਉਹ ਜਿਹੜੀਆਂ ਪੱਤਰੀਆਂ ਉਹ ਜੰਗਾਲੀਆਂ ਅਤੇ ਉਹ ਸਾਫ਼ ਕਰਨੀਆਂ ਕਹਿੰਦਾ ਠੀਕ ਆ ਦੂਜੀ ਗੱਲ ਨਹੀਂ ਉਹਨੇ ਕੋਈ ਕੀਤੀ ਅਤੇ ਵੇਖੋ ਐਸੀ ਮਾਲਕ ਦੀ ਕਿਰਪਾ ਜੀ ਉੱਥੋਂ ਮੈਂ ਤੇਲ ਲੈ ਕੇ ਆ ਗਿਆ ਕਿਸੇ ਨੇ ਨਾ ਪੁੱਛਿਆ ਨਾ ਕਿਸੇ ਨੇ ਪੁੱਛਿਆ ਨਾ ਕੋਈ ਗੱਲਬਾਤ ਨਾ ਹੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਨਾ ਕਿਸੇ ਨੇ ਵੇਖਿਆ ਸਿਰਫ ਇੱਕ ਉਹ ਝਿੰਮੇ ਮੁੰਡੇ ਨੇ ਵੇਖਿਆ ਜਿਹੜਾ ਜੋੜੇ ਸਾਫ਼ ਕਰਦਾ ਹੈ ਤੂੰ ਮੈਂ ਵੀਰ ਨੋਰਮਲ ਗੱਲ ਆ ਉੱਤੇ ਜਿਹੜੀਆਂ ਉਹ ਸਟਾਟਰ ਦੀਆਂ ਪੱਤਰੀਆਂ ਉਹ ਸਾਫ਼ ਕਰਨੀਆਂ ਜੰਗਾਲ ਪਿਆ ਉਹਨਾਂ ਨੂੰ ਕਹਿੰਦਾ ਠੀਕ ਹੈ ਜਦੋਂ ਮੈਂ ਆਪਣੇ ਕਮਰੇ 'ਚ ਆਇਆ ਅਤੇ ਸਾਨੂੰ ਦੋਨੋਂ ਬੜੀ ਖੁਸ਼ੀ ਆ ਵੀ ਚੱਲ ਸੱਚੇ ਪਾਤਸ਼ਾਹ ਦੀ ਕਿਰਪਾ ਨਾ ਵੀ ਕੰਮ ਨੇਪਰੇ ਚੜ ਗਿਆ ਹੋ ਜਾਏਗਾ ਜਦੋਂ ਡੀਜ਼ਲ ਨੂੰ ਅੱਗ ਲਾਈ ਆ ਅਤੇ ਡੀਜ਼ਲ ਭਾਰਾ ਹੁੰਦਾ ਛੇਤੀ ਅੱਗ ਨਹੀਂ ਫੜਦਾ ਵੀ ਜਿਹੜਾ ਇਹ ਕੰਮ ਹੋਣਾ ਇਹ ਤਾਂ ਅੱਖ ਦੇ ਝਮੱਕੇ ਨਾ ਆਉਣਾ
ਮਾਚਸ ਵੀ ਮਿਲ ਜਾਂਦੀ ਅੰਦਰ ਆਮ ਹੀ ਆਮ ਸਭ ਕੁਝ ਮਿਲ ਜਾਂਦਾ ਜੀ ਜਿਹੜੇ ਕੋਈ ਸਿਗਟ ਬੀੜੀ ਵੀ ਅੰਦਰ ਜਿਹੜੇ ਮੁੰਡੇ ਸਿਗਟ ਬੀੜੀ ਬੀੜੀਆਂ ਮੇਰੇ ਖਿਆਲ ਸਭ ਕੁਝ ਹੀ ਅੰਦਰੋਂ ਮਿਲ ਜਾਂਦਾ ਤਾਂ ਤੁਹਾਨੂੰ ਮਾਚਸ ਵੀ ਉੱਥੋਂ ਮਿਲ ਗਿਆ ਹਾਂ ਸਭ ਕੁਝ ਮਿਲ ਗਿਆ ਜੀ ਤੁਸੀਂ ਉਹਨੂੰ ਅੱਗ ਲਾ ਕੇ ਦੇਖੀ ਫਿਰ ਵੀ ਇਹ ਮੱਚਦਾ ਜਦੋਂ ਡੀਜ਼ਲ ਨੂੰ ਅੱਗ ਲਾ ਕੇ ਦੇਖੀ ਤੂੰ ਮੱਚਦਾ ਹੀ ਉਹ ਟਾਈਮ ਲੱਗਦਾ ਹੈ ਐਂ ਇਹ ਕੰਮ ਹੁਣ ਅੱਖ ਦੇ ਚਮਕੇ ਨਾ ਇਹਦੇ ਐਂ ਚੱਲੇ ਜਿਵੇਂ ਬਲਾਸਟ ਚੱਲਦਾ ਅਸੀਂ ਵੀਰੇ ਜਿਵੇਂ ਫਿਰ ਦਾਤਰ ਬਾਹਰੋਂ ਮੰਗਾਇਆ ਉਵੇਂ ਮੁੰਡੇ ਨੂੰ ਬਾਹਰ ਫੋਨ ਕੀਤਾ ਫਿਰ ਪੈਟਰੋਲ ਤੇਲ ਬਾਹਰੋਂ ਮੰਗਾਇਆ ਬਾਹਰੋਂ ਮੰਗਾਇਆ ਬਾਹਰੋਂ ਪੈਟਰੋਲ ਤੇਲ ਵੀ ਪੈਟਰੋਲ ਨਾਲ ਗੱਲ ਬਣਨੀ ਡੀਜ਼ਲ ਨਾਲ ਨਹੀਂ ਪੈਟਰੋਲ ਤੇਲ ਡਾਵਰਾਂ ਵਾਲਾ ਦੀ ਸ਼ੀਸ਼ੀ ਦੇ ਵਿੱਚ ਭਾਈਆ ਡੇਢ ਭਾਈਆ ਦੀ ਮੁੰਡੇ ਨੇ ਬਾਹਰੋਂ ਖਰੀਦੀ ਆ ਖਰੀਦ ਕੇ ਉਹਦੇ ਵਿੱਚ ਤੇਲ ਭਰਿਆ ਤੇਲ ਪੈਟਰੋਲ ਭਰ ਕੇ ਫਿਰ ਸਾਨੂੰ ਮੁਲਾਕਾਤਾਂ ਰਾਹੀਂ ਉਹ ਫੜਾ ਕੇ ਗਿਆ ਇੱਕ ਵਾਰੀ ਜਾਂ ਕਈ ਵਾਰੀ ਨਾ ਇੱਕ ਵਾਰੀ ਇੱਕ ਵਾਰੀ ਹਾਂ ਦੇਖੋ ਜਦੋਂ ਮਾਲਕ ਦੀ ਕਿਰਪਾ ਤੇ ਕਿਹਾ ਜਾਂਦਾ ਬੜੇ ਲੋਕ ਕਹਿੰਦੇ ਆ ਕਿ ਡੀਜ਼ਲ ਕੱਢਦੇ ਰਹੇ ਥੋੜਾ ਥੋੜਾ ਕਰਕੇ ਰੱਖਦੇ ਰਹੇ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਕਿ ਨਹੀਂ ਇਹੋ ਜਿਹਾ ਕੁਛ ਨਹੀਂ ਹੋਇਆ ਇੱਕੇ ਵਾਰੀ ਡੀਜ਼ਲ ਕੱਢਿਆ ਪਰ ਉਹ ਤੁਸੀਂ ਵਰਤਿਆ ਨਹੀਂ ਕਿਉਂ ਮੈਂ ਤੇ ਇਹ ਸਾਰਾ ਕੁਛ ਮਾਲਕ ਦੀ ਕਿਰਪਾ ਨਾਲ ਹੱਥੀਂ ਕੀਤਾ ਨਾ ਇੱਕੇ ਵਾਰੀ ਡੀਜ਼ਲ ਕੱਢ ਕੇ ਲਿਆਂਦਾ ਦੋ ਬੋਤਲਾਂ ਤੇ ਇੱਕੇ ਵਾਰੀ ਅਸੀਂ ਡਾਵਰਾਂ ਵਾਲਾ ਦੀ ਸ਼ੀਸ਼ੀ 'ਚ ਪੈਟਰੋਲ ਮੰਗਾਇਆ ਇੱਕੇ ਵਾਰੀ ਸਿਰਫ ਵਾਰ ਵਾਰ ਨਹੀਂ ਨਾ ਇਹ ਕੰਮ ਹੁੰਦੇ ਜੇਲ੍ਹ ਦੇ ਵਿੱਚ ਪਰ ਮੁੰਡੇ ਮੈਂ ਗੱਗੂ ਨੇ ਇਹੋ ਕਿਹਾ ਸੀ ਵੀਰ ਨੂੰ ਮੈਂ ਕਿਹਾ ਵੇਖ ਵੀਰੇ ਤੁਰ ਪਏ ਆਪਾਂ ਇਕੱਠੇ ਮੁਲਾਕਾਤ ਆਪਣੀ ਉਹ ਲਿਖਾਉਂਦਾ ਨਹੀਂ ਬਾਹਰ ਮੁਲਾਕਾਤ ਨਹੀਂ ਲਿਖਾਉਂਦੇ ਅਸੀਂ ਉੱਦਾਂ ਹੀ ਮੰਗਾ ਲੈਂਦੇ ਹਾਂ ਹੁਣ ਮੈਂ ਉਹਨਾਂ ਵੀਰਾਂ ਦਾ ਨਾਂ ਨਹੀਂ ਲੈਣਾ ਚਾਹਾਂਗਾ ਕਿ ਉਹ ਕੱਲ੍ਹ ਨੂੰ ਕੋਈ ਗੱਲਬਾਤ ਨਾ ਹੋਏ ਵੀ ਅਤੇ ਨਾ ਉਹਨਾਂ ਦਾ ਨਾਂ ਲਿਆ ਹੀ ਅਜੇ ਤੱਕ ਜਦੋਂ ਅਸੀਂ ਤੇਲ ਮੰਗਾਉਂਦੇ ਹਾਂ ਚਾਹੇ 222 ਨੰਬਰ ਦਾਤਰ ਮੰਗਾਇਆ ਬਾਹਰ ਮੁਲਾਕਾਤ ਨਹੀਂ ਅਸੀਂ ਲਿਖਾਉਂਦੇ ਮੈਂ ਕਿਹਾ ਵੇਖ ਵੀਰ ਮੇਰੇ ਤੋਂ ਦਾਤਰ ਫੜਿਆ ਜਾਵੇ ਮੇਰੇ 'ਤੇ 100 ਸ਼ਰਟ 200 ਡਾਂਗ ਵੀ ਉਹ ਤੋੜ ਦੇਣ ਪੁਲਿਸ ਫੜਿਆ ਜਾਵਾਂ ਪਰ ਮੈਂ ਤੇਰਾ ਨਾਂ ਨਹੀਂ ਲਵਾਂਗਾ ਅਤੇ ਨਾ ਉਹ ਬੰਦੇ ਦਾ ਨਾਂ ਲਵਾਂਗਾ ਪੂਲੇ ਦਾ ਵੀ ਉਹਦੇ ਕਰਕੇ ਮੰਗਾਇਆ ਪਰ ਮੇਰਾ ਵੀਰ ਮੈਂ ਫੜਿਆ ਜਾਵਾਂ ਮੈਨੂੰ ਉਹ ਬੰਦ ਕਰ ਦੇਣ ਅਤੇ ਮੇਰਾ ਭਰਾ ਕੰਮ ਕਰ ਦੇ ਬਹੁਤ ਜੀ ਬੜਾ ਤਗੜਾ ਸਿਰ 'ਤੇ ਆਪਣੇ ਕੰਮ ਕਰ ਦੀ ਫਿਰ ਜੋ ਪੈਟਰੋਲ ਲੈ ਕੇ ਆਇਆ ਮੈਂ ਵੀਰੇ ਮੈਂ ਫੜਿਆ ਜਾਵਾਂ ਮੁਲਾਕਾਤ ਤਲਾਸੀ ਹੁੰਦੇ ਹਾਂ ਪਰ ਮੈਂ ਤੇਰਾ ਨਾਂ ਨਹੀਂ ਲਵਾਂਗਾ ਮੈਂ ਬੰਦ ਹੋ ਜਾਵਾਂਗਾ ਜੋ ਮਰਜ਼ੀ ਮੈਨੂੰ ਕੁੱਟੀ ਮਾੜੀ ਮਰ ਜਾਣ ਪਰ ਤੂੰ ਤਗੜਾ ਹੋ ਕੇ ਕੰਮ ਕਰਦੀ ਹੈ ਮੈਨੂੰ ਬੰਦ ਵੀ ਕਰ ਦੇਣ 'ਤੇ ਕਹਿੰਦਾ ਠੀਕ ਹੈ ਪਰ ਐਸੀ ਮਾਲਕ ਦੀ ਕਿਰਪਾ ਤੁਹਾਡੀ ਤਲਾਸ਼ੀ ਨਹੀਂ ਹੋਈ ਤਲਾਸੀ ਨਹੀਂ ਹੋਈ ਤਲਾਸੀ ਅਸੀਂ ਵਿੱਚੋਂ ਦੀ ਚਲੋ ਮਾਲਕ ਦੀ ਕਿਰਪਾ ਨਾਲ ਲੰਘ ਜਾਂਦੇ ਜਿੱਦਣ ਮੈਂ 222 ਨੰਬਰ ਦਾਤਰ ਲਿਆਂਦਾ ਨਾ ਆਪ ਮੁਲਾਕਾਤਾਂ ਵੀ ਦੀ ਮੈਂ ਇੱਥੇ ਦਾਤਰ ਬੱਧਾ ਇੱਥੇ ਬਿਲਟ ਬੰਨ ਗਏ ਨਾ ਇੱਥੇ ਜਦੋਂ ਵੀ ਆਪਣੀ ਤਲਾਸੀ ਕਰਨਗੇ ਸਿਰਫ ਇੱਥੋਂ ਦੀ ਕਰਨਗੇ ਐਂ ਪੇਠ ਦੀ ਤਲਾਸੀ ਨਹੀਂ ਇੱਥੋਂ ਕਰਦੇ ਚਲੋ ਮੈਂ ਖਲੋ ਗਿਆ ਉਹਨਾਂ ਤਲਾਸੀ ਕੀਤੀ ਅਤੇ ਉਹਦੇ ਜਾਓ ਮੈਂ ਆ ਗਿਆ ਆਪਦੇ ਕਮਰੇ 'ਚ ਅਤੇ ਪੈਟਰੋਲ ਤੇਲ ਜੋ ਮੈਂ ਲੈ ਕੇ ਆਉਂਦਾ ਉਦੋਂ ਮੈਂ ਜਰਾਬਾਂ 'ਚ ਲਾਇਆ ਇੱਥੇ ਜਿਹੜੀ ਬੋਤਲ ਡਾਵਰਾਂ ਵਾਲਾ ਸ਼ੀਸ਼ੀ ਆ ਪਾਈਆ ਡੇਢ ਪਾਈਆ ਤੇਲ ਹੋਣਾ ਉਹ ਇੱਥੇ ਲਾਈ ਆ ਜਰਾਬਾਂ ਦੇ ਨਾਲ ਉਦੋਂ ਵੀ ਉੱਥੇ ਹੁਣ ਡਿਪਟੀ ਸਾਹਿਬ ਬੈਠੇ ਆ ਉਹਨਾਂ ਦਾ ਨਾਂ ਤਾਂ ਮੈਨੂੰ ਯਾਦ ਆ ਪਰ ਨਾਂ ਨਹੀਂ ਮੈਂ ਲਵਾਂਗਾ ਉਹ ਡਿਪਟੀ ਸਾਹਿਬ ਨੂੰ ਆਖਿਆ ਵੀ ਬਾਹਰ ਕੋਈ ਸਾਡੇ ਮਿੱਤਰ ਖਲੋਤੇ ਆ ਅਤੇ ਕਹਿੰਦਾ ਵੀ ਜਾ ਹਰਚੰਦ ਬੁਲਾ ਲਾ ਅਤੇ ਕੋਈ ਨਹੀਂ ਕਰਾ ਦਿਉ ਮੁਲਾਕਾਤ ਅਤੇ ਇੰਨੀ ਉਹਦੇ ਕਹਿਣ ਦੀ ਡੇਰ ਹੋਈ ਮੈਂ ਬਾਹਰ ਨਿਕਲ ਗਿਆ ਇੱਥੇ ਤਲਾਸੀ ਹੋਣ ਡੇ ਇੱਥੇ ਡਿਪਟੀ ਸਾਹਿਬ ਬੈਠੇ ਆ ਅਤੇ ਮੈਂ ਬਾਹਰ ਨਿਕਲ ਗਿਆ ਮੈਂ ਆਪਦੇ ਹੱਥੇ ਚੱਲ ਗਿਆ ਚਲੋ ਜੋ ਮਾਲਕ ਨੇ ਕਿਰਪਾ ਕਰਨੀ ਹੋਵੇ ਜਦੋਂ ਮੈਂ ਕਮਰੇ 'ਚ ਚੱਲ ਗਿਆ ਤਾਂ ਸਾਨੂੰ ਬੜੀ ਖੁਸ਼ੀ ਬਹੁਤ ਜ਼ਿਆਦਾ ਜਦੋਂ ਪੈਟਰੋਲ ਤੇਲ ਦੀ ਸ਼ੀਸ਼ੀ ਨੂੰ ਅਸੀਂ ਥੋੜ੍ਹਾ ਜਿਹਾ ਡੋਲ ਕੇ ਥੱਲੇ ਅਤੇ ਤੀਲੀ ਲਾਈ ਆ ਤਾਂ ਪਤਾ ਪੂਰੀ ਚੜ੍ਹਦੀ ਕਲਾ ਪੈਟਰੋਲ ਤਾਂ ਪੈਟਰੋਲ ਹੀ ਆ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਕਿਹਾ ਵੀ ਹੁਣ ਕੰਮ ਹੋ ਜਾਏਗਾ ਵੇਖੋ ਜੇਲ੍ਹ ਦੇ ਵਿੱਚ ਸਮਾਨ ਇਕੱਠਾ ਕਰਨਾ ਫਿਰ ਵੀ ਸਾਨੂੰ 3-4 ਮਹੀਨੇ ਲੱਗ ਗਏ ਸੀ ਜਿਹੜੇ 3-4 ਮਹੀਨੇ ਉਹ ਲੱਗ ਗਏ ਸੀ ਜਿਸ ਤਰ੍ਹਾਂ ਦਾਤਰ ਮੰਗਾਇਆ ਤੇਲ ਮੰਗਾਇਆ ਕਈ ਤੁਹਾਨੂੰ ਪਤਾ ਹੀ ਆ ਤਰੀਕੇ ਦੇ ਨਾਲ ਮੁਲਾਕਾਤਾਂ ਮੰਗਾਉਣੀ ਪੈਣੀ ਆ ਕਿਹੜੇ ਵਾਰ ਮੰਗਾਉਣੀ ਆ ਕਦੋਂ ਮੰਗਾਉਣੀ ਆ ਜਦੋਂ ਇੱਕ ਇਹਦੇ ਲਈ ਮੋਬਾਈਲ ਫੋਨ ਬਾਹਰੋਂ ਮੰਗਾਇਆ ਸੀ ਵੀ ਇੱਕ ਵੀਡੀਓ ਇਹਦੀ ਬਣਾਉਣੀ ਆ ਹਾਲਾਂਕਿ 2008 ਦੇ ਵਿੱਚ 7 ਦੇ ਵਿੱਚ ਮੇਰੇ ਖਿਆਲ 20-20 25-25 30-30 ਬੰਦਿਆਂ ਕੋਲ ਇੱਕ ਅੱਧਾ ਫੋਨ ਹੋਊਗਾ ਨਹੀਂ ਤਾਂ ਅੱਜ ਤਾਂ ਜੇਲ੍ਹਾਂ ਦੇ ਵਿੱਚ ਫੋਨਾਂ 'ਤੇ ਗੰਦ ਪਏ ਆ ਆਮ ਹੀ ਮੇਰੇ ਖਿਆਲ ਹੁਣ 2019 'ਚ ਮੈਂ ਆਇਆ ਤਾਂ ਦੋ ਇਹੀ ਚੁੱਕੀ ਫਿਰ ਦਿੰਦੇ ਹਾਂ ਇੱਕ ਛੋਟਾ ਇੱਕ ਵੱਡਾ ਵੀ ਵੀਡੀਓ ਕਾਲ ਕਰਨੀ ਆ ਉਹ ਕਰਨਾ ਜੇ ਕਰਨਾ ਹੁਣ ਤਾਂ ਇਕੱਲੇ ਕੋਲ ਦੋ ਫੋਨ ਆ ਉਦੋਂ ਮੇਰੇ ਖਿਆਲ 20-20 ਬੰਦਿਆਂ ਕੋਲ ਇਕੱਲਾ ਇਹ ਇੱਕ ਫੋਨ ਹੁੰਦਾ ਅਤੇ 20 ਬੰਦਿਆਂ ਨੇ ਫੋਨ ਕਰਨਾ ਹੁੰਦਾ ਅਤੇ ਹੁਣ ਤਾਂ ਚਲੋ ਪੀਸਕੋ ਪੂਸਕੋ ਵੀ ਲੱਗ ਗਈ ਅੰਦਰ
एक मोबाइल फोन वीडियो बनाने लिए दे ली मंगाया सी उदो मैं 2008 दे विच बिल्कुल मोना को ना क्रीम शेव हाँ मंगलवार का दिन मकर साहब जी मंगलवार का दिन जो मैं अही तुर पे ये वाल पूले वाल साढ़े 7 बजे साढ़े स्पेशल सैल जो सिक्योरिटी 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 वेखो ड्योड़ी जेल की वह मेरे ख्याल 100 किले के जेल ही गंपटाला जेल अमृतसर 100 किले के जेडे 80 किले मेरे ख्याल कंध वाली तो 20 किले बहर ला लो है ना तो 40 किलों के मेरे ख्याल 50 किलों के सेंटर बनया तो 30-35 किलों के जोड़ा वो सिक्योरिटी हाथा बनया जेडे कोई खतरनाक बंदे होंगे उन्होंने सिक्योरिटी जै मुसलमान ला लो उन्होंने सिक्योरिटी ड्योड़ी एक आ ते जेलां अंदर जाके दो हो जांदियां कंध वजी विच चैक पोस्ट बनी ही भी जाने के गेट लगा उहदे विच की ही भी इक्के गल दा साडा बहाना ही एक सिक्ख्या केंद्र उधर बनी स्कूल स्कूल टाइम 8:30 उधर जा सकदे आपां उदां दी असीं जदों तैयार हो के मालगाड़ी अरदास बेनती मैं कीती आ मैनू वह वीर का नहीं पता भी दूसरे का मैं दिलों अरदास बेनती की आ भी मालका दिलों चले तो ताड़ा सिर पर हाथ होना चाहिए अज तो मैं गुरसिख बन जाऊंगा दाड़ी किसान मैं हाथ नहीं लवावगा तो बाकी अगले दे हाथ चले सारा कुछ कुरबान करके चले हाँ तो एक मेरा यह बेटा हुसनप्रीत सिंह बिल्कुल ही ये छोटा ही सालकदा ही तो मैं सारा कुछ कुरबान आ हो सकता ही उधर फड़े जाइए अगला छड़े ही ना हो सकता साडे परिवार ना भी वह बख्शे क्योंकि वह बहुत ज़्यादा एवं अज इदा हो गया तो उन्होंने कही जाइए वह दलेर नहीं हो माड़ा ही वह बहुत ज़्यादा भी आख दे झमके वो काम करते ही सारा कुछ होया भी आते भी आ उन्होंने तुसी कल्ले गए कि दोवें गए नहीं जो अरदास की उदो मैं आपदे मन च अरदास करके तुर पिया भी मालका सुख सुखा चढ़ती कला च कम हो जाए ते आज तो तेरा गुरसिख बन जूगा दाड़ी केसां नूं मैं हाथ नहीं लवावगा चलो मालक ने चढ़दी कला च असी मकर साहब जी 7:30 असी आपदे हाथे चो तुर पे हाँ चैक पोस्ट ते गए हाँ मुलाजम बड़े वधिया कहिंदे भी भाई कित्थे चले जो अहीं साडा रात दा भरा आया इधर उहनूं वीरे मिलन चले हाँ ते तुसीं दसो सेवा कहिंदे कोई गल नहीं चल जाओ छेती आ जाओ वापसी चलो अही उधर एंट्री कर गए सीधा अही 9 हाथे चल गए जिथे पूला कल्ले तुसी नहीं दोवें अही उथे चल गए जो अही एंट्री गेट की ते तुहानू पता सी भी ओ 9 हाथे च 9 हाथे च क्यों मैं जांदा रहा 2-3 दिन उहदे हाथे च गया है रैकी करके आया भी कित्थे बहिंदा है की करदा उस तो बाद 1-2 वारा मैनू राह च टकरिया जो तरीकां तों आया ये बंदे दी इन्नी दहशत थी मेरे ख्याल अंदर भी जिहड़ा डिप्टी सुपरिटेंडेंट चाहे सुपरिटेंडेंट हुंदा ओए तो सवाए इक हुंदा नहीं हुंदा ओए इधर आ फलान कर ढीं कर जदों इहनूं तरीक ते लैण आउंदे सी कोई SHO इंचार्ज वड्डा लग गया कोई थानेदार लगा उहनूं कहिणा पिछे बहि गड्डी च अगे बहि के जांदा है तरीक ते फिर उत्थों बंदे ने इन्हें निहंग ने की करना जीत सिंह ने शराब लैके आनी एक वेखो पवित्र सच्चा सुचा दवें पातशाह का बाणा पा के ते सच्चे सुचे पवित्र बाणे नूं इन्हें लाज लाई सी फीम ये खावे शराब ये पीवे धियां भैणा ना गलत ये काम करे नेकां ही लोगों के बच्चे जिहड़े मरवाए आ इन्हें मारे आ फिर होया की जदों तुसीं उत्थों फिर मैं दसदा तुहानूं जदों ये ड्योड़ी दे विच मैं उत्थे आवांगा जदों ये ड्योड़ी दे विच आउंदा सी ना अगले दौ चक्कर हौलदारे नूं लैण आउंदा सी मैं अज ओह वीर दा नां नहीं लैणा चाहूगा ओए ओए कुत्तिया उरे आ उहदे गल च मां पाउणी ड्योड़ी दे विच खलो के इहने कहिणा भी ताडा ओह लफ्ज नहीं मैं बोलणे चाहुंदा भी मैं आ गया तरीक तों दसो फीम खाणी आ पहे लैणे आ कि शराब पीणी आ नहीं तो उत्थे हर चीज़ की मनाई आ कोई चीज़ नहीं आप बाहरों लिया सकते तो शरेआम इहदियां जेबां दे विच चोले दे विच हुंदी एक वेखो पवित्र सच्चा सुचा महाराज का बाणा पा के घड़ाउणियां रखता करता है जदों अही
नौ हाते च इहदे हाते चल गए हानू नहीं ही पता उदन दौरा जिन्हों परेड भी दौरा कह देंदे वड्डे अफसर ने जाना हुंदा उस टाइम ते सारा टोटल समान कढ के बाहर रखिया सी अंदर दियां सफाइयां सौ अफसर वड्डा आण के वेंदा ते पूला निहंग भी उत्थे बैठा घेरे घेरे इहदे गड़बई जिहड़े सेवादार वो खलोते असी जाके मौका वेख्या भी नहीं अज औखा जे आपां कोई धक्के ना भी चाहे जबरदस्ती की ये नाल ते काम उल्ट हो जाएगा। असी साहब जी उदन उतों मैं एक दसना भुल गया भी इतने मेरे मोबाइल फोन बजा ते टी शर्ट मैं पाई है शर्ट इतों बटन खोल लै ते वीडियो बनती जानी बिल्कुल क्रीम शेवा है मैं मोना घोना ते वीडियो वो बनती जानी है जो बटन बंद कर लिया तो पता नहीं किसी को लगना भी इतने कुछ हैगा क्यों उदा तो आप बना नहीं सकते शरेआम फाड़िया उ जो ये हाथे च आप एंट्री किए हैं मोबाइल फोन उत्थे की खोलना ही जो हैगा साफ किताब ही राह ही नहीं साफ हैगा पूला निहंग उत्थे बैठा सारा उत्थे परेड दौरा समान समून कढ के रखिया साढ़े को हाथे का लंबरदार आया कहिंदा वीरे हाथ जोड़ के यो बेनती जिहड़े हाथे तो तुसीं आए जो उत्थे वापसी चल जाओ तो इत्थे दौरा आने वाला तो तुसीं बाद च चाहे आ जाओ जिन्हों मिलना मिल के तो दो मिनट चल जाओ तुसीं अइयां ठीक है जी अं उतों वापसी आ गए हाँ वापसी आए हाँ उदन अही मकर साहब जी उदन मेरे ख्याल किरच नाल खड़िया किरचा भी जोड़ा कोई अगे आऊगा चल डरावा ही हों मोबाइल फोन नाल खड़िया पूरे भी नाल प्रबंध करके खड़िया आपदा के भी नजायज कोई गल ना पवे जो काम भी करता तो चलो ऐसी मालिक की कृपा हुई मंगलवार अं मुड़ आए हाँ असी बुधवार का दिन रुके हाँ आपदे हाथे च बुधवार का दिन रुके तो वीरवार हाड़ी तड़के तैयारी हो गई है रात अं सलाह कर ली है भी तड़के जाना आप जदों वीरवार अं 8 बजे उधर एंट्री कर गए चैक पोस्ट तो मुलाजमन दस गए भी साडा रात का भरा आया इन्ना बहाना ही मारना पैंदा कोई ना कोई भी साडा भरा आया रात का तो उन्होंने अं भीरे मिलन चलने क्यों मुलाजमान दी ड्यूटियां जिहड़ियां चेंज हो जांदियां असी जाके दहाते विच वो राजवीर मुंडे का मैं ना लवागा वह मिल के गया मैनू भी मेरा भी ना लिया घर में राजवीर को बैठे रहे अज मैं ना लैन लगा वह राजवीर मुंडा तो वो कोल अही घट तो घट 3-4 घंटे बैठे रहे जिस दिन काम किया अं आपके तरीके जिस तरह मालिक ने कृपा की उदा तरीके करना भी जोड़ा कम करना तो वह करना आप पौने 12 बजे क्यों भी 12 बजे पूरी प्रोपर बंदी हो जाती है भी आप करना बंदी दे टाइम काम अगस्त महीना 8वां महीना चलन दिया ही तो लगभग सवेरे सवेर ठंडे ठंडे लोग बाहर रेंदे आ ते गर्मी दे विच 11-11:30 बजे अंदरों अंदर ही बह जाते तो ये तरीके ना अपना काम होएगा असी वो मुंडे को बैठे रहे राजवीर को दह चक्कियां च वीर को असी फिर 11:30 होए उतों अं चल पे नौ हाथा इतों हैगा कोई 3-4 किले हटवा घूम के जाना पैंदा उधरों सानू राजना सुभाष चक्कर हौलदार मिलता ते अं रहिंदे दोवें कट्ठे हैं मैं ते गग्गू वीर कहिंदा भी जोड़ी कित्थे चली है अहीं जनाब नौ हाथे चाकर चले हैं ते कहिंदा कोई नहीं अहीं रात दा साडा भरा आया ते उहनूं मिलन चले कहिंदा भी जाओ मेल आओ पर बंदी आपदे हाथे च उधर जाग करा लिओ अहीं बस 2 मिंट आउण जाण होणा साडा वो चलो एक मुलाजमान का सिल जिहड़ा हुंदा मुलाजम जिहड़े अंदर चल जांदे वो उन्हां दे हाथे च वड़ जांदा अहीं 9-3 चल जांदे वेखो ऐसी मालिक की कृपा ना तो सानू 8-8 वाले मुलाजम बैठे होंदे काफ़ी 8 हाथे वाले 7 वाले 6 वाले कट्ठे बैठे होंदे आ जिहड़े 5-6 दो मुलाजमान दीआं ड्यूटियां होंदियां हाथे ते जिहड़ा साढ़े हाथे वाला 9 वाला जिथे काम होना है वो दिलबाग सिंह मुलाजम वो दाढ़ी कटाउण दिया अच्छा आपदी दाढ़ी कटाउण दिया गिरजे दे लागे असी जो 9 हाथे च एंट्री किए हैं इदा पन्नू लंबरदार पन्नू
ਉਹ ਸਾਡੇ ਕੋਲ ਆਉਣ ਜਾਣ ਹੀ ਉਹਦਾ ਉਹ ਸਬਜ਼ੀ ਬਣਾਉਣ ਡਿਆ ਅਤੇ ਟੇਬਲ ਉਹਨੇ ਲਾਗੇ ਡਾਏ ਆ ਉੱਥੇ ਜਾ ਕੇ ਅਸੀਂ ਪੰਨੂ ਨੂੰ ਮਿਲ ਕੇ ਅਤੇ ਲਾਗੇ ਬਹਿ ਗਏ ਹਾਂ ਉਹ ਨਾ ਕਾਫ਼ੀ ਉਹਦੇ ਵਿੱਚ ਨਾ ਉਹ ਸੇਲਿਆ ਨਾ ਜਿਹੜਾ ਨੌ ਹੱਥ ਆਏ ਉਹ ਦੋ ਦੋ ਢਾਈਆਂ ਕਿੱਲਿਆਂ ਦੇ ਵਿੱਚ ਹੈਗਾ ਉਹਦੇ ਵਿੱਚ ਸਿਰਫ ਬਣੀਆਂ 10 ਚੱਕੀਆਂ 10 ਕਮਰੇ ਇੱਕ ਬੈਰਕ ਬਣੀ ਆ ਜਿਹਦੇ ਵਿੱਚ 30-40 ਬੰਦੇ ਪੈ ਜਾਣ ਅਤੇ 10 ਕਮਰੇ ਬਣੇ ਆ ਸਿਰਫ ਬਹੁਤ ਵੱਡਾ ਖੁੱਲ੍ਹਾ ਡੁੱਲਾ ਹੱਥਾ ਸਭ ਤੋਂ ਵੱਡਾ ਹੱਥਾ ਹੀ ਉਹ ਖੁੱਲ੍ਹਾ ਡੁੱਲਾ ਉਹਦੇ ਵਿੱਚ ਸਾਹਮਣੇ ਦਰਖਤ ਆ ਉਹਨਾਂ ਦੀ ਛਾਵੇਂ ਅਸੀਂ ਬਹਿ ਕੇ ਚਾਹ ਫੜਾ ਤੀ ਪੰਨੂ ਨੇ ਸਾਨੂੰ ਆਪ ਸਬਜ਼ੀ ਬਣਾਈ ਜਾਣ ਡਿਆ ਅਤੇ 10 ਚੱਕੀਆਂ ਆਉਂਦੀਆਂ ਸਾਹਮਣੇ ਅਸੀਂ ਬੈਠੇ ਹਾਂ ਦੋ ਨੰਬਰ ਕਮਰੇ ਦੇ ਵਿੱਚ ਪੂਲਾ ਬੈਠਾ ਪੂਲਾ ਨਿਹੰਗ ਗੜਬਈ ਉਹਦਾ ਲੱਗ ਗਏ ਥੱਲੇ ਬਹਿ ਕੇ ਲੱਤਾਂ ਘੁੱਟਣ ਡਿਆ ਥੱਲੇ ਉਹਨੇ ਆਸਣ ਦੇ ਉੱਤੇ ਖੁਰਸੀ ਡਾਹੀ ਆ ਖੁਰਸੀ ਡਾਹ ਕੇ ਅਖਬਾਰ ਪੜ੍ਹਨ ਦਿਆ ਪੂਲਾ ਦਮਾਲਾ ਸਜਾਇਆ ਚੋਲਾ ਪਾਇਆ ਐਨਕਾਂ ਲਾਈਆਂ ਨਿਗਾਲੀਆਂ ਅਤੇ ਅਖਬਾਰ ਪੜ੍ਹਨ ਦਿਆ ਅਤੇ ਗੜਬਈ ਉਹਦਾ ਲੱਤਾਂ ਘੁੱਟਣ ਡਿਆ ਜਦੋਂ ਮਾਲਕ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਸੀ ਐਸੀ ਕਿਰਪਾ ਹੀ ਮਾਲਕ ਦੀ ਵੀ ਜਿਹੜਾ ਦਿਲਬਾਗ ਮੁਲਾਜ਼ਮ ਆ ਅਤੇ ਬਵੀ ਨਾਈ ਉਹਦੀ ਦਿਹਾੜੀ ਕੱਟਣ ਡਿਆ ਕਿਉਂਕਿ ਅੱਜ ਵੀ ਮੈਨੂੰ ਇਕੱਲੇ ਇਕੱਲੇ ਬੰਦੇ ਦਾ ਨਾਂ ਯਾਦ ਆ ਕਈਆਂ ਦੇ ਮਿਲੈਣ ਡਿਆ ਕਈਆਂ ਦੇ ਨਹੀਂ ਕਿਉਂਕਿ ਦਿਲਬਾਗ ਮੁਲਾਜ਼ਮ ਦਾ ਤਾਂ ਚਲੋ ਸਾਡੇ 'ਤੇ ਗਵਾਹੀ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਦਿਲਬਾਗ ਮੁਲਾਜ਼ਮ ਦਾੜੀ ਕਟਾ ਕੇ ਝਾੜਦਾ ਝਾੜਦਾ ਹੌਦੀ ਵੱਲ ਨੂੰ ਆ ਗਿਆ ਉੱਧਰੋਂ ਗੜਬਈ ਉਹਦਾ ਉੱਠਿਆ ਉਹਨੇ ਬਰਾਂਡੇ 'ਚੋਂ ਬਾਲਟੀ ਫੜੀ ਉਹ ਵੀ ਹੌਦੀ 'ਤੇ ਚੱਲ ਗਿਆ ਅਸੀਂ ਚਾਹ ਦੇ ਕੱਪ ਥੱਲੇ ਰੱਖੇ ਅਸੀਂ ਗਿਰਜੇ ਦੇ ਉਹਲੇ ਚੱਲ ਗਏ ਬਵੀ ਨਾਈ ਉੱਥੇ ਆ ਬਵੀ ਨਾਈ ਨੂੰ ਇਹੋ ਕਿਹਾ ਵੀ ਚੁੱਪ ਕਰ ਜਾ ਰੌਲਾ ਨਹੀਂ ਪਾਉਣਾ ਚੁੱਪ ਕਹਿੰਦਾ ਠੀਕ ਆ ਅਸੀਂ ਲੱਤਾਂ ਨਾਲ ਤੇਲ ਲਾਇਆ ਸੀ ਐਡਾ ਕੁ ਡੋਲੂ ਨਾਲ ਖੜਿਆ ਸੀ ਡੋਲੂ ਦੇ ਵਿੱਚ ਤੇਲ ਪਲਟਿਆ ਪੈਟਰੋਲ ਅਤੇ ਡੀਜ਼ਲ ਮਿਕਸ ਕਰ ਲਿਆ ਅਤੇ 1.5-2 ਪਾਈਆ ਦਾ ਡੱਬਾ ਸੀ ਸਾਡੇ ਕੋਲ ਵੀ ਜੇ ਬੋਤਲਾਂ ਨਾ ਪਾਉਣੇ ਟਾਈਮ ਲੱਗਦਾ ਡੱਬੇ ਦੇ ਵਿੱਚ ਪਾ ਕੇ ਉੱਤੇ ਪਾਵਾਂਗੇ ਨਾਲ ਅੱਗ ਲਾ ਦਾਂਗੇ ਇੱਕ ਮਸਾਲ ਡੰਡੇ ਨੂੰ ਕੱਪੜਾ ਵਲੇਟਿਆ ਸੀ ਡੰਡੇ ਨੂੰ ਕੱਪੜਾ ਵਲੇਟਿਆ ਜਦੋਂ ਪਹਿਲਾਂ ਹੀ ਨਾਲ ਲੈ ਕੇ ਗਏ ਸੀ ਕਿ ਉੱਥੋਂ ਪਹਿਲਾਂ ਨਾਲ ਲੈ ਗਏ ਕਿਉਂਕਿ ਅਸੀਂ ਤਿਆਰ ਬੋਰ ਤਿਆਰ ਹੋ ਕੇ ਗਏ ਜਰਾਬਾਂ ਨਾਲ ਸਾਰਾ ਕੁਛ ਲਾਇਆ ਸਮਾਨ ਨਾ ਉੱਦਣ ਸਾਡੇ ਕੋਲ ਹਥਿਆਰ ਕੋਈ ਨਾ ਕਿਰਚ ਨਾ ਕੋਈ ਡੰਡਾ ਨਾ ਕੋਈ ਸੋਟਾ ਨਾ ਕੋਈ ਮੋਬਾਈਲ ਫੋਨ ਕੱਖ ਨਹੀਂ ਖਾਲੀ ਹੱਥੀ ਵੀ ਮਾਲਕਾ ਤੇਰੇ ਆਸਰੇ ਨਾਲ ਚੱਲੇ ਚਲੋ ਜੋ ਚਲੋ ਕੋਈ ਗੱਲ ਨਹੀਂ ਵੀ ਅਸੀਂ ਆਪਣਾ ਆਪ ਖਤਮ ਕਰਨ ਚੱਲੇ ਹਾਂ ਕੋਈ ਗੱਲ ਨਹੀਂ ਅਤੇ ਇਹ ਕੰਮ ਚੜ੍ਹਦੀ ਕਲਾ ਦੇ ਵਿੱਚ ਕਰਾ ਦਿਓ ਉੱਦਣ ਸਾਡੇ ਕੋਲ ਸਰ ਕੋਈ ਕੁਛ ਵੀ ਨਹੀਂ ਸਾਡੇ ਕੋਲ ਜਦੋਂ ਅਸੀਂ ਗਿਰਜੇ ਦੇ ਉੱਲੇ ਗਏ ਹਾਂ ਲਾਗੇ ਗਿਰਜੇ ਦੇ ਅਸੀਂ ਬੋਤਲਾਂ ਨੂੰ ਕੱਢਿਆ ਤੇਲ ਡੱਬੇ 'ਚ ਪਲਟ ਲਿਆ ਬੋਤਲਾਂ ਅਸੀਂ ਉੱਥੇ ਸੁੱਟਤੀਆਂ ਡੱਬੇ 'ਚ ਤੇਲ ਪਾਇਆ ਅਸੀਂ 3 ਨੰਬਰ ਕਮਰੇ 'ਚ ਗਏ ਹਾਂ ਅਤੇ ਲਗਭਗ ਟੋਟਲ ਲੋਕ ਅੰਦਰੋਂ ਅੰਦਰ ਹੀ ਬਹਿ ਗਏ ਸੀ ਇੱਕ ਦੋ ਬੰਦੇ ਜਿਹੜੇ ਉਹ ਘੁੰਮਣ ਡਿਆ ਇੱਕ ਮੁਲਾਜ਼ਮ ਇੱਕ ਉਹ ਹੌਦੀ 'ਤੇ ਗਿਆ ਇਹਦਾ ਗੜਬਈ ਪੂਲੇ ਦਾ ਗੁਰਦਿਆਲ ਸਿੰਘ ਜਦੋਂ ਅਸੀਂ 3 ਨੰਬਰ ਕਮਰੇ 'ਚ ਗਏ ਹਾਂ ਮਸਾਲ ਨੂੰ ਡੰਡਾ ਵਲੇਟਿਆ ਕੱਪੜਾ ਵਲੇਟਿਆ ਸੀ ਜਦੋਂ ਅਸੀਂ ਡੱਬੇ 'ਚ ਮਸਾਲ ਡਬੋਈ ਆ ਤੀਲ ਲਾਈ ਉਹਨੂੰ ਲਾ ਕੇ ਅਤੇ ਮੈਂ ਫੜ ਲਈ ਅੱਗ ਅਸੀਂ ਇਹਦੇ ਕੋਲ 2 ਨੰਬਰ ਕਮਰੇ 'ਚ ਗਏ ਖੁੱਲ੍ਹਾ ਸੀ ਖੁੱਲ੍ਹਾ ਸੀ ਖੁੱਲ੍ਹਾ ਸੀ ਕਮਰਾ ਜਿਸ ਤਰ੍ਹਾਂ ਨਾ ਜੇਲ੍ਹ ਦੇ ਵਿੱਚ ਕਮਰੇ ਹੁੰਦੇ ਆ ਜਿਸ ਤਰ੍ਹਾਂ ਪਿੱਛੇ ਕਮਰਾ ਬਣਾ ਕੇ ਉਹਨੂੰ ਕਿਰਲਾ ਲਾਇਆ ਅਗਲੇ ਦਾ ਫਿਰ ਬਰਾਂਡਾ ਬਣਾ ਕੇ ਉਹਨੂੰ ਡਬਲ ਕਿਰਲਾ ਲਾਇਆ ਡਬਲ ਕਿਰਲੇ ਦੇ ਵਿੱਚ ਹੀ ਉਹ ਅਤੇ ਹੈਗਾ ਖੁੱਲ੍ਹਾ ਸੀ ਖੁੱਲ੍ਹਾ ਸੀ ਉਹ ਟਾਈਮ 'ਤੇ ਕਿਉਂ 12:45 ਦਾ ਟਾਈਮ ਸੀ ਪ੍ਰੋਪਰ ਬੰਦੀ ਜਿਹੜੀ ਉਹ ਪੂਰੇ 12 ਵਜੇ ਹੋ ਜਾਂਦੀ ਹੈ 12:15-12 ਵਜੇ ਸਾਰੀ ਹੋ ਜਾਂਦੀ ਹੈ ਮਾਲਕ ਨੇ ਐਸੀ ਕਿਰਪਾ ਕੀਤੀ ਵੀ ਅਸੀਂ ਕੰਮ ਹੀ ਇਸ ਹਿਸਾਬ ਨਾਲ ਕਰਨਾ ਵੀ ਲਗਭਗ ਲੋਕ ਅੰਦਰੋਂ ਅੰਦਰ ਹੀ ਬਹਿ ਜਾਣ ਸਾਰੇ ਜਿਸ ਤਰ੍ਹਾਂ ਮਾਲਕ ਮਨ 'ਚ ਵੱਸਦੇ ਐਸੀ ਮਾਲਕ ਨੇ ਕਿਰਪਾ ਕੀਤੀ ਜਦੋਂ ਇਹਦੇ ਕਮਰੇ 'ਚ ਵੜੇ ਅਸੀਂ ਅਸੀਂ ਪਾਪੀਆ ਅੰਤ ਆ ਗਿਆ ਤੇਰਾ ਹੋ ਜਾ ਤਿਆਰ ਬੋਲੇ ਤੁਸੀਂ ਬੋਲੇ ਉਸ ਟਾਈਮ 'ਤੇ ਵੀ ਪਾਪੀਆ ਐਂ ਕੁਰਸੀ 'ਤੇ ਬੈਠਾ ਅਖਬਾਰ ਪੜ੍ਹਨ ਦਿਆ ਕਮਰੇ ਦੇ ਵਿੱਚ ਕੁਰਸੀ ਡਾਹੀ ਉੱਤੇ ਪੱਖਾ ਚੱਲਣ ਡਿਆ ਜਦੋਂ ਇੰਨੀ ਗੱਲ ਕਹੀ ਵੀ ਪਾਪੀਆ ਅੰਤ ਆ ਗਿਆ ਤੇਰਾ ਹੋ ਜਾ ਤਿਆਰ ਹੱਥੋਂ ਅਖਬਾਰ ਛੁੱਟ ਗਈ ਵੀ ਕੀ ਕਰਦੇ ਲੱਗੇ ਵੀ ਜਿੰਨਾ ਆਣ ਕੇ ਇੰਨੀ ਗੱਲ ਉਹਦੇ ਸਾਹਮਣੇ ਤਾਂ ਕਿਸੇ ਦੀ ਜ਼ਰੂਰਤ ਨਹੀਂ ਕੋਈ ਬੋਲ 'ਚ ਅਤੇ ਆਹ ਕੀ ਗੱਲ ਕਹਿਤੀ ਇਹਨਾਂ ਬੰਦਿਆਂ ਨੇ ਆਣ ਕੇ ਜਦੋਂ ਉੱਤੇ ਤੇਲ ਪਾਇਆ ਨਾਲ ਹੀ ਅੱਗ ਲਾਤੀ ਅੱਗ ਐਸੀ ਉਹ ਮੱਕੜ ਸਾਹਿਬ ਜੀ ਪਈ ਆ ਉਹ ਜਾ ਕੇ ਛੱਤ ਨੂੰ ਵੱਜੀ ਆ ਪੱਖੇ ਦੇ ਵੱਜੀ ਆ ਥੱਲੇ ਆਸਣ ਨੂੰ ਸਾਰੀ ਲੱਗ ਗਈ ਜਿਵੇਂ ਬਲਾਸਟ ਨਹੀਂ ਹੁੰਦਾ ਬਲਾਸਟ ਹੋਇਆ ਮੈਂ ਮੰਨਦਾ ਏ ਕਿ ਸਾਡਾ ਤਾਂ ਇੱਕ ਬਹਾਨਾ ਸੀ ਕਰਾਉਣਾ ਤਾਂ ਸਤਿਗੁਰੂ ਮਾਲਕ ਨੇ ਨਹੀਂ ਤਾਂ ਪਾਈਆ 1.5 ਪਾਈਆ ਨਾ ਕੋਈ ਬੰਦਾ ਨਹੀਂ ਮੱਚਦਾ ਵੀ ਛੇਤੀ
लोग बाहर पीपा पीपा तेल का पा लेंगे तो भी बच जाते। वेखो 80-85% जिहड़ा इह बंदा सड़ गया सी उस टाइम। उसे वेले फिर तुरंत की होया, तुरंत अग लग गई और तुहाडे हत्थां नूं या किसे गग्गू दे या तुहाडे तां नहीं पई? नहीं, मेरे पई आ, लत्त नूं पई। ऐ मैं अज विखाउणी चाहुंदा, मैं कदी किसे नूं दस्सिया नहीं। डोलू सीगा, हांजी, ओह तेल दा भरिया गग्गू ने मारिया इहदे ते? ओह गग्गू ने मारिया। और जिहड़ा तुसीं मशाल बणाई सी, ओह मशाल मेरे कोल। वेखो जिउं गग्गू ने तेल सुट्टिया ते नाल ही मैं अग, ओह अग पहलां दो नंबर च बाल के लैके गए सी, तीन नंबर च बाल के दो लंबर च आए हैं, दो लंबर च पूला बैठा उत्ते तेल पाया नाल अग लाती। जो पैर नूं अग पै गई, हाँ लत्त नूं पई, इत्थे मैं अज भी खा सकदा आवे। जो अहीं वापसी मुड़े हाँ उहदे कोलों, उहने चनूं गड़वैया, गड़वई उहदा आ गया जिहड़ा लागे बैठा है ना, उहदा गड़वई उह आ गया, उहने दरवाजा बंद करता बाहरला कर लिया बाहरों। उहनूं असीं लत्त मारी आ, वह पिछे डेपया दरवाजा खुल गया। एक भी उन्होंने कुंडा नहीं हिलाया, ढोया ही हली आण के, उधरों साडा ध्यान पिया ही उन्होंने लत्त मारी, साडा तो काम उधर हो गया, अग लाउणी ही लग गई, पूरी अग पै गई। अग तो एक पै गई ना, जो उत्ते तेल पाया नाल अग सुटती तो नाल अग लग गई, वह तो एक काम हो गया सारा। जदों वो गड़बई ने आण के दरवाजा ढोया उदों ही लत्त मारती, वह तो कुंडा नहीं हिल लगा, वह दरवाजा खुल गया, गड़बई वह पिछे डिपया, अहीं उत्थों बाहर निकल गए, भज गए, उत्थों भजे नहीं, अहीं तुर के गए हाँ। एक तो हुंदा ना साड़ के तो भज जाना, तुर के गए अहीं अठ हाते तक, पर पूले ने लख देखिया पिछे या फिर तुसीं आपदे वाह? नहीं, सानूं पता ही अग लग गई आ, तुर पे तुसीं? तुर पे अहीं अठ हाते दे लागे गए हाँ। लख माड़े काम बहुत किते सी, माड़ा सी पूला, हुण पता लगन डिया ना लोगों भी माड़ा सी, बहुत माड़े काम किते सी, लोगों के घर जाड़ते, लोगों दियाँ धियां भैणा ना जोगे खान पुरिए का इदा किया, चाहे चाहे अपना जोगा सिंह कबीशरी उन्होंने की करता रहा, अज पता लोगों लगन डिया। उस टाइम तो जिन्हें लोग हाते दे विच हैगे ना, वो साडे मगर भज के आए, घट्ट तो घट 20-25 जने। तो गग्गू अहीं एक दूजे नाल सलाह की भी किवें करिए, भजना तो उन्हें गाणी, अहीं अगे खलोते उन्हां दे भी आ जाओ, अहीं जिन्नी जोगे हैगे अहीं उन्हां दे, उह साडे। अच्छा, हाँ पूरी झड़प हुई। अच्छा, उधरों आए हो राजवीर मुंडा, वो जेडे मुंडे 20-25 आ जेडे बंदे आए, वो दे चेले बालक सी, चेले बालक ने वेहे ही हवालाती सी, सारे हवालाती वेहे ही। एक अणख जी हुंदी ना भी साडे हाथे च आण के बंदे नूं बंदा किद्दां पै गया बाहरों आण के, हुंदा है भावें लख माड़ा होवे कोई, जां जिहनूं जेहड़े भी उत्थे अंदर जेहड़े भी आफता बंदे जो आम कोई, पर आण के लख उहनां ने भावें गलतियां मंगियां भावें पैर फड़े साडे, भी यार उस टाइम ते नहीं सानूं पता जी, ਤਹੀਆਂ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਕੋਈ ਚੱਕਰ ਨਹੀਂ। ਫਿਰ ਉੱਥੋਂ ਨਿਕਲੇ ਕਿਵੇਂ? ਅਸੀਂ ਤਾਂ ਕੰਮ ਕਰਨਾ, ਅਸੀਂ ਵਾਪਸੀ ਭਜਾਏ। ਜਦੋਂ ਰਾਜਵੀਰ ਉਹਨਾਂ ਨੂੰ ਪਤਾ ਲੱਗਾ, ਲਾਗੇ 10 ਚੱਕੀਆਂ ਸੀ, ਸਾਰੇ ਆਪਣੇ ਬੰਦੇ ਨਿਕਲ ਆਏ, ਅਸੀਂ ਫਿਰ ਵਾਪਸੀ ਭਜਾਇਆ, ਉਹਨਾਂ ਨੂੰ ਭੱਜ ਗਏ। ਉਨੇ ਚਿਰ ਨੂੰ ਪਤਾ ਲੱਗ ਜਾਂਦਾ, ਰੌਲਾ ਪੈ ਜਾਂਦਾ, ਡਿਪਟੀ ਸੁਪਰਡੈਂਟ ਭੁੱਲਰ, ਬਲਕਾਰ ਸਿੰਘ ਭੁੱਲਰ, ਦਫ਼ਤਰਾਂ 'ਚੋਂ ਇਹ ਭੱਜੇ ਆਉਣ ਡੇ, 10-15 ਜਿਹੜੇ ਵੀ ਜਿੰਨੇ ਵੀ ਇਕੱਠੇ ਹੋਏ ਮੁਲਾਜ਼ਮ, ਸਾਰੇ ਘੇਰੇ ਘੇਰੇ ਸਾਡੇ ਇਕੱਠੇ ਹੋ ਗਏ। ਰਾਜਵੀਰ ਆ ਕੇ ਵੀ ਦੱਸੋ ਮੈਨੂੰ ਕੀ ਗੱਲਬਾਤ ਹੋਈ, ਅਸੀਂ ਵੀਰੇ ਤੂੰ ਜਾ, ਤੈਨੂੰ ਨਹੀਂ ਕਿਸੇ ਗੱਲ ਦਾ ਪਤਾ, ਤੁਸੀਂ ਜਾਓ ਹਾਥੇ 'ਚ, ਕੋਈ ਗੱਲ ਨਹੀਂ, ਅਸੀਂ ਆਪੇ ਇੱਥੇ। ਜਦੋਂ ਸਾਡੇ ਕੋਲ ਸਾਰਾ ਪ੍ਰਸ਼ਾਸਨ ਪਹੁੰਚ ਗਿਆ, ਡਿਪਟੀ ਸੁਪਰਡੈਂਟ ਨੂੰ ਇੱਕੋ ਗੱਲ ਕਹੀ ਬਲਕਾਰ ਭੁੱਲਰ ਨੂੰ, ਅਸੀਂ ਡਿਪਟੀ ਸਾਹਿਬ ਅਸੀਂ ਕੰਮ ਕਰਕੇ ਆਏ ਹਾਂ, ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ, ਬੇਸ਼ੱਕ ਸਾਨੂੰ ਇੱਥੇ ਕੋਨੇ 'ਤੇ ਖਿਲਾਰ ਕੇ ਗੋਲੀ ਮਾਰਦੇ, ਸਾਨੂੰ ਕੋਈ ਰੱਖਣੀ, ਜਿਹੜਾ ਕੰਮ ਅਸੀਂ ਕਰਨਾ ਅਸੀਂ ਕਰ ਆਏ ਹਾਂ, ਇੱਥੇ ਤੇਰਾ ਕੋਈ ਮੁਲਾਜ਼ਮ ਸਾਨੂੰ ਜਲੀਲ ਨਾ ਕਰੇ, ਕੋਈ ਡੰਡਾ ਨਾ ਮਾਰੇ ਸਾਡੇ। ਉਹਨੇ ਮੁਲਾਜ਼ਮਾਂ ਨੂੰ ਇੱਕੋ ਗੱਲ ਕਹੀ ਵੀ ਮੈਂ ਉਹਨੂੰ ਸੰਭਾਲਾਂ ਪੂਲੇ ਨੂੰ ਜਾ ਕੇ, ਅਤੇ ਤੁਸੀਂ ਇਹਨਾਂ ਨੂੰ ਲੈ ਜਾਓ, ਕਿਸੇ ਨੇ ਕੁਛ ਨਹੀਂ ਕਹਿਣਾ, ਇਹਨਾਂ ਨੂੰ ਬੰਦ ਕਰ ਦਿਉ ਉੱਥੇ ਜਾ ਕੇ। ਠੀਕ ਹੈ, ਸਾਨੂੰ ਉੱਧਰ ਹੀ ਰੱਖ ਲਿਆ, ਸਾਨੂੰ ਇੱਕ ਬੈਕ ਸਾਈਡ 'ਤੇ ਪਾਕਿਸਤਾਨ ਵਾਲੇ ਰਹਿੰਦੇ, ਜਿੰਨੇ ਮੁਸਲਮਾਨ ਉੱਥੇ ਰਹਿੰਦੇ ਆ, 20 ਚੱਕੀਆਂ ਦੇ ਵਿੱਚ ਉੱਥੇ ਬੰਦ ਕਰਤਾ ਜਾ ਕੇ। ਫਿਰ 20 ਕੁ ਮਿੰਟਾਂ ਬਾਅਦ ਜਿਹੜਾ ਡਿਪਟੀ ਸੁਪਰਡੈਂਟ ਭੁੱਲਰ ਸਾਡੇ ਕੋਲ ਗਿਆ ਅਤੇ ਕਹਿੰਦਾ ਕੀ ਗੱਲਬਾਤ ਹੋਈ, ਅਸੀਂ ਪਹਿਲਾਂ ਉਹਦੀ ਸੁਣਾ ਵੀ ਕਿੰਨਾ ਕੁ ਸੜਿਆ, ਕੀ ਗੱਲਬਾਤ ਹੈ, ਸਾਨੂੰ ਤਾਂ ਦੱਸ। ਉਹ ਆਂਦਾ ਮੈਂ ਤੁਹਾਨੂੰ ਪੁੱਛਣ ਡਿਆ, ਆਪਦਾ ਡਰੈਸ ਲਗਾਓ, ਮੈਂ ਤੁਹਾਡੇ ਘਰ ਦਾ ਧਿਆਨ ਰੱਖਣਾ ਉੱਧਰ, ਵੀ ਫੋਰਸ ਫਾਰਸ ਲਵਾਵਾਂ ਸਾਰਾ ਕੁਝ, ਮੈਂ ਆ ਪਹਿਲਾਂ ਇਹ ਦੱਸ ਵੀ ਕਿੰਨਾ ਕੁ ਜਲ ਗਿਆ, ਕਿੱਥੇ ਖੜਿਆ, ਕੀ ਕੀਤਾ ਜੀ, ਦੱਸ ਉਹਨਾਂ ਨੂੰ। ਹੋਸਪਿਟਲ ਲੈ ਗਏ ਉਹਨੂੰ? ਉਹਨੂੰ ਫਿਰ ਉੱਥੋਂ ਇਹਨਾਂ ਨੇ ਰੈਫਰ ਕਰਤਾ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰੀ।
पर डिप्टी सुपरिटेंडेंट ने सानू यह दसिया भी जी चर्बी वो चूंड है भी काफ़ी सड़ गया जोड़ा कपड़ा उत्ते पाई का नाल जुड़ता जाता अँ ठीक है कोई गल भी साडा जोड़ा काम करना है हो गया इनू लै गए सर इतों जेल चो रैफर करता इनू गुरु नानक अस्पताल। गुरु नानक वालिया ने एक दो टीके लाए इनू इन्हें कहा भी नहीं ज़्यादा सड़ चुका है 80-90% 85% जोड़ा ये सड़ गया इनू तो पी जी आई लै जाओ। इन्होंने पी जी आई रैफर करता जितना अज वीरवार 12 बजे अग लगती है तो शुक्रवार 8 बजे तड़के मर जाता। थोड़े तक ये खबर कौन दिंदा? राजवीर सारी गलबात थानू पता ये तो जट तक और थानू अंदर ही रखते उदो तक थानू तुहाडे नाल कोई कुट मार ते शब्द ना कोई नहीं जेल च कर ही नहीं सकते कोई कुछ भी नहीं होंदा थानू अंदर बंद कर देंदे बंद कर देंदे फिर सानू शनिवार जिहड़ा वो अगले दिन रिमांड ते फिर भेजदे जिस तरह इन्हें आप देखो दरखास्त लेके आप जिमें थाने इतों भेजते हैं उन्होंने आपकी कार्रवाई करके सारी इतों सदर थाने भेजी है। सदर थाने के कोवल बी ए प्रताप एस एस पी 2008 के सू लै गया रिमांड से सू इतों तक अगर पता उम्मीद ही भी असी सतगुरु मालिक की कृपा ना ये काम कर देना ही तो कल रह जाना तो कल परिवार ने रह जाना पर सिख कौम का इन्ना नहीं पता भी इन्ना संगत जड़ी साथ दूगी बड़ा साथ दिता कोई किसी गल का अफसोस कोई नहीं हस हस के जेल कट्टी मैं ना भी ये मैनू भावें ल उम्र कैद की तो मैं अगे सज़ा कट्टन दिया तो गगू ना भी सज़ा भी होजू मैं कला इतने बाकी और राजवीर मुंडा वो सारी गलबात सारी दस सकता बाकी मैं वो भरा मेरा सत्कारयोग कोमली बड़ा तगड़ा नाल उन्हें काम किया तो पर मैं इतने कोई गलबात यहोजी दसनी नहीं चाहता भी तो बाकी हस हस के जे मालक की कृपा ना चढ़ती कला च काम किया तो हस के उत्थे जेल कट गया चढ़ती कला च कोई अफसोस नहीं पिछों कोई परिवार नूं तंग तकलीफ कोई नहीं जी कोई नहीं थोड़े नूं उस टाइम ते मेरे ख्याल मरण नाल उहदी सल्तनत खत्म हो गई उहदा जो पाप सी उह खत्म हो गया उहदे मालक जानदे ना मैं तो कुछ कह नहीं सकदा उहदे मालक है जो उहने छोटे छोटे एक वेखो दरिंदा बंदा सी एक वेखो जोगे खानपुर गया छोटे छोटे कोई साल का बच्चा कोई 2 साल का ਉਹ ਸਭ ਤੋਂ ਵੱਧ ਤਕਲੀਫ ਦਿੱਤੀ ਤੁਹਾਨੂੰ ਉਹ ਗੱਲ ਹਾਂ ਉਹ ਸਭ ਤੋਂ ਵੱਧ ਸੀ ਛੋਟੇ ਛੋਟੇ ਬੱਚੇ ਉਹ ਬੱਚੇ ਕਿਸਦੇ ਨਹੀਂ ਉਹ ਸਾਡੇ ਭੈਣ ਭਰਾ ਸੀ ਛੋਟੇ ਬੱਚੇ ਬੜੀ ਤਕਲੀਫ ਹੋਈ ਹੈ ਅਤੇ ਬਸ ਸਤਿਗੁਰੂ ਮਾਲਕ ਨੇ ਇਹ ਕਿਰਪਾ ਕੀਤੀ ਆ ਅਤੇ ਜਿਹੜੇ ਸਾਰੇ ਜਿਹੜੇ ਕਾਰਜ ਆ ਉਹ ਬਸ ਨੇਪਰੇ ਚੜ ਗਏ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਪੂਰੀ ਗੱਲਬਾਤ ਕੀਤੀ ਹਾਲਾਂਕਿ ਗੱਗੂ ਔਰ ਤੁਹਾਡਾ ਜਿਹੜਾ ਪਿਆਰ ਸੀ ਉਹਦੇ 'ਚ ਬਾਅਦ 'ਚ ਸਾਨੂੰ ਪਤਾ ਲੱਗਿਆ कुछ डिफरेंसिज आए पर असं ये चाहते हाँ कि थोड़ा प्यार अज भी बनया रहे मैं ना इतने जे तुसी आए जो ना जी आया बहुत धन्यवाद मेरे घर चल के आए जो पर कट वाढ़ना इस करो पर मैं गगू इतने मैसेज देना चाहना ना मैं गलत आ ना गगू गलत आ हो सकता ए आप चंगे तो बुरा नहीं कोई जे मैं चंगा तो बुरा कोई नहीं गा गगू ने मेरा कोई साथ दिता होगा भरा ने कोई माड़ा नहीं किया भी बहुत सारे इंटरव्यूज थोड़े हुए है ਤੁਹਾਨੂੰ ਆ ਕੇ ਇਹ ਵੀ ਪੁੱਛਿਆ ਜਾਂਦਾ ਗੱਗੂ ਦੇ ਖਿਲਾਫ ਸਵਾਲ ਹੁੰਦੇ ਗੱਗੂ ਨੂੰ ਤੁਹਾਡੇ ਖਿਲਾਫ ਹੁੰਦੇ ਹੋਣਗੇ ਅੱਜ ਅਸੀਂ ਪਹਿਲ ਕਰਦੇ ਹਾਂ ਤੁਹਾਨੂੰ ਇੱਕ ਕਰਨ ਦੀ ਜੀ ਕੀ ਤੁਸੀਂ ਆਪਦਾ ਦਿਲ ਵੱਡਾ ਰੱਖਦੇ ਹੋ ਕੀ ਅਸੀਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਇੱਕ ਕਰ ਸਕਦੇ ਹਾਂ ਉਹ ਤਾਂ ਮੇਰਾ ਭਰਾ ਆ ਉਹਨਾਂ ਮੇਰੇ ਖਿਆਲ ਜੇਲ੍ਹ ਦੇ ਵਿੱਚ ਮੇਰਾ ਭਰਾ ਨੇ ਸਾਥ ਨਹੀਂ ਸਕੇ ਨੇ ਦਿੱਤਾ ਉਹ ਜਿੰਨਾ ਉਹਨੇ ਦਿੱਤਾ ਉਹ ਮੇਰਾ ਭਰਾ ਆ ਬਸ ਬਾਕੀ ਦੂਜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪਰ ਗੱਗੂ ਤੋਂ ਮੈਂ ਨਹੀਂ ਗੱਗੂ ਨੇ ਨਹੀਂ ਮੈਨੂੰ ਵੱਖ ਕੀਤਾ ਨਾ ਮੈਂ ਗੱਗੂ ਵੀਰ ਨੂੰ ਵੱਖ ਕੀਤਾ ਪਰ ਲੋਕ ਵੱਖ ਕਰਨ ਵਾਲੇ ਜਿਹੜੇ ਵਿੱਚ ਵਿੱਚ ਹੁੰਦੇ ਅੱਜ ਇਸ ਮਾਧਿਅਮ ਤੋਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੋਵੇਂ ਇਸ ਵੱਡੇ ਇੱਕ ਬਹੁਤ ਉਸ ਦੇ ਵਿੱਚ ਸ਼ਾਮਿਲ ਇਕੱਠੇ ਰਹੇ ਸਭ ਪਲਾਨ ਕੀਤਾ ਜਦੋਂ ਅੱਜ ਬਾਹਰ ਆ ਕੇ ਸੁੱਖ ਦਾ ਸਮਾਂ ਆਇਆ ਜਦੋਂ ਤੁਸੀਂ ਪਰਿਵਾਰਾਂ 'ਚੋਂ ਉਦੋਂ ਅੱਡੋਂ ਚੰਗਾ ਨਹੀਂ ਲੱਗਦਾ ਹਾਂ ਠੀਕ ਪਰ ਮੈਂ ਇੱਕ ਰਾਜਵੀਰ ਰਾਹੀਂ ਮੈਸੇਜ ਭੇਜਿਆ ਵੀਰ ਨੂੰ ਸ਼ਾਂਤ ਕੀਤਾ ਉਹ ਕਿਤੇ ਮੇਰੇ ਖਿਆਲ ਬਾਦਲ ਵਾਲੀ ਸਿਆਸਤ ਨਾਲ ਖੇਡਦਾ ਵੀ ਇੰਦਰਾ ਗਾਂਧੀ ਨੂੰ ਕੁਛ ਜਾ ਕੇ ਕਹਿੰਦਾ ਰਿਹਾ ਸੰਤਾਂ ਨੂੰ ਕੁਛ ਕਹਿੰਦਾ ਰਿਹਾ ਅਤੇ ਮੇਰੇ ਖਿਆਲ ਉਹ ਵੀਰ ਮੈਸੇਜ ਨਾ ਕਿਤੇ ਦਿੰਦਾ ਵੇ ਪਰ ਅੱਜ ਵੀ ਮੈਂ ਜੋ ਮੇਰੇ ਤੋਂ ਪਿੱਛੇ ਹੋ ਗਿਆ ਪਰ ਗੱਗੂ ਦੀਆਂ ਉਹ 'ਚ ਗਲਤੀਆਂ ਨਹੀਂ ਪਰ ਮੇਰੀਆਂ ਲਾ ਲਓ ਮੈਂ ਚੰਗਾ ਅਤੇ ਸਾਰੇ ਚੰਗੇ ਹੀ ਆ ਹੈ ਨਾ ਅਤੇ ਬਾਕੀ ਇਹ ਵੀ ਮੈਂ ਇਸੇ ਚੈਨਲ ਰਾਹੀਂ ਵੀਰ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਵੀਰ ਜਿਹੜੀਆਂ ਸੋ ਮੇਰੇ ਤੋਂ ਕੋਈ ਨਿਆਣਪੁਣੇ 'ਚ ਵੱਧ ਘੱਟ 'ਚ ਬੋਲਿਆ ਗਿਆ ਹੋਵੇ ਚਾਹੇ ਕੋਈ ਗਲਤੀ ਹੋ ਗਈ ਹੋਵੇ
ਤੇ ਮੇਰਾ ਭਰਾ ਮੈਂ ਤੇ ਭਰਾ ਨੂੰ ਇਹ ਵੀ ਮੈਸੇਜ ਭੇਜਤਾ ਵੀ ਵੀਰੇ ਅੱਜ ਤਾਂ ਮੈਂ ਬਾਹਰ ਹਾਂ ਤੇ ਕੱਲ੍ਹ ਨੂੰ ਸਾਰੀ ਸਿੱਖ ਕੌਮ ਦਾ ਤੈਨੂੰ ਮੂੰਹ ਰੱਖਣਾ ਪੈਣਾ ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਜਾਂਦਾ ਤਾਂ ਕੀ ਗੱਲ ਮੇਰੇ ਘਰੇ ਨਾ ਆਏਗਾ ਫਿਰ ਤਾਂ ਘਰੇ ਚੱਲ ਕੇ ਆਏਗਾ ਅਸੀਂ ਇਹ ਉਮੀਦ ਕਰਦੇ ਹਾਂ ਔਰ ਅਸੀਂ ਗੱਗੂ ਨਾਲ ਵੀ ਗੱਲ ਕਰਕੇ ਬੇਨਤੀ ਕਰਾਂਗੇ ਕਿ ਤੁਹਾਨੂੰ ਦੋਵਾਂ ਭਰਾਵਾਂ ਨੂੰ ਦੁਬਾਰਾ ਇਕੱਠਿਆਂ ਦੇਖਣਾ ਚਾਹਾਂਗੇ ਹਾਂ ਕੋਈ ਗੱਲ ਨਹੀਂ ਮੱਕੜ ਸਾਹਿਬ ਜੀ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਹਾਂ ਕੋਈ ਗੱਲ ਨਹੀਂ ਅਤੇ ਉਹ ਮੇਰਾ ਭਰਾ ਆਇਆ ਅਤੇ ਭਰਾ ਹੀ ਉਹਨੇ ਰਹਿਣਾ ਅਤੇ ਕਿਉਂਕਿ ਦੇਖੋ ਮੈਂ ਥੋੜ੍ਹੀ ਜਿਹੀ ਇੱਥੇ ਗੱਲ ਦੱਸਣੀ ਚਾਹੁੰਦਾ ਜੋੜੀਆਂ ਚੱਲਦੀਆਂ ਜਿਸ ਤਰ੍ਹਾਂ ਸੁੱਖਾ ਸਿੰਘ ਮਹਤਾਬ ਸਿੰਘ ਜੋੜੀ ਸੁੱਖਾ ਜਿੰਦਾ ਲਾ ਲਓ ਸੁਖਵੰਤ ਸਿੰਘ ਬੇਅੰਤ ਸਿੰਘ ਲਾ ਲਓ ਹੈ ਨਾ ਅਤੇ ਜੋੜੀਆਂ ਨੇ ਕੰਮ ਕੀਤੇ ਆ ਅਤੇ ਜੇ ਦੇਖੋ ਆਪਣੇ ਵਿੱਚ ਕੋਈ ਇਹੋ ਜਿਹੀ ਪਿਆਰ ਦੇ ਵਿੱਚ ਪ੍ਰੋਪਰਟੀਆਂ ਚਾਹੇ ਪੈਸਾ ਅਤੇ ਲਾਓ ਬੜੀਆਂ ਦੂਰ ਦੀਆਂ ਗੱਲਾਂ ਜਿੱਥੇ ਪਿਆਰ ਹੈ ਦੋਵੇਂ ਇਕੱਠੇ ਆ ਅਤੇ ਇਕੱਠੇ ਆ ਉਹ ਆਪਣਾ ਭਰਾ ਆ ਅਤੇ ਭਰਾ ਹੀ ਉਹਨੇ ਰਹਿਣਾ ਅਤੇ ਬਾਕੀ ਵੀਰੇ ਤੈਨੂੰ ਵੀ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਵੀ ਅਤੇ ਨਾ ਮੈਂ ਆਉਣਾ ਅਤੇ ਆਪਾਂ ਦੋਵੇਂ ਇਕੱਠੇ ਹਾਂ ਅਤੇ ਇਕੱਠੇ ਰਹੀਏ ਜਿਨ੍ਹਾਂ ਨੇ ਵਿੱਚ ਵੜ ਕੇ ਖਾਣਾ ਹੁੰਦਾ ਨਾ ਅਤੇ ਉਹ ਬੜਾ ਕੁਛ ਤੁਹਾਨੂੰ ਵੀ ਕਹਿਣਾ ਅਤੇ ਮੈਨੂੰ ਵੀ ਉਹਨਾਂ ਨੇ ਬੜਾ ਕੁਛ ਕਹਿਣਾ ਅਤੇ ਆਪਾਂ ਕਿਸੇ ਦੀਆਂ ਗੱਲਾਂ 'ਚ ਨਾ ਆਈਏ ਵੀ ਅਤੇ ਮੱਕੜ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ